ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਨਵੇਂ ਵਲੋਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਆਪਾਂ ਜੀ ਇਸ ਟਾਈਮ ਪਟਿਆਲੇ, ਆ ਦੇਖੋ ਜੀ ਬੱਸ ਸਟੈਂਡ ਵਾਲੀਆਂ, ਨਿਊ ਬੱਸ ਸਟੈਂਡ ਵਾਲੀਆਂ ਬੱਤੀਆਂ 'ਤੇ ਖੜ੍ਹੇ ਹਾਂ। ਅਤੇ ਅੱਜ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ। ਅਤੇ ਵਲੋਗ ਦੇ ਐਂਡ ਤੱਕ ਬਣੇ ਰਹੋ, ਨਾਲ ਨਾਲ ਤੁਹਾਨੂੰ ਮਤਲਬ ਰਸਤੇ ਵਿੱਚ ਵੀ ਦਿਖਾਵਾਂਗੇ ਵਿਊ, ਅਤੇ ਗੁਰਦੁਆਰਾ ਸਾਹਿਬ ਵੀ ਦਰਸ਼ਨ ਕਰਾਵਾਂਗੇ ਜੀ। ਅਤੇ ਐਂਡ ਤੱਕ ਬਣੇ ਰਹੋ ਵਲੋਗ ਦੇ। ਪਟਿਆਲਾ ਟੂ ਸਰਹੰਦ ਰੋਡ 'ਤੇ ਆਪਾਂ ਜਾ ਰਹੇ ਹਾਂ ਜੀ। ਦੇਖੋ ਇਹ ਨਾ ਸੜਕ ਮਤਲਬ ਸਿੰਗਲ ਹੀ ਆ, ਅਤੇ ਸ਼ਾਇਦ ਦੇਖੋ ਇੱਧਰਲੇ ਪਾਸੇ ਵੀ ਹਾਈਵੇ ਬਣ ਜੇ, ਉਸ ਤੋਂ ਬਾਅਦ ਜਿਹੜੀ ਲੁਧਿਆਣੇ ਵਾਲੀ ਸੜਕ ਆ ਜਿਹੜੀ ਸ਼ੁਰੂ ਹੋ ਜਾਂਦੀ ਵੱਡਾ ਹਾਈਵੇ, ਅਤੇ ਇੱਧਰ ਨੂੰ ਆਪਾਂ ਜਾ ਰਹੇ ਹਾਂ। ਰਸਤਾ ਦੇਖੋ ਜੀ ਤੁਸੀਂ, ਬਸ ਪਟਿਆਲੇ ਤੋਂ ਜੇ ਆਪਾਂ ਆਪਣੇ ਵਹੀਕਲ 'ਤੇ ਜਿਵੇਂ ਗੱਡੀ ਵਗੈਰਾ 'ਤੇ ਜਾਂਦੇ ਹਾਂ, ਫਿਰ ਆਪਾਂ ਨੂੰ ਪੌਣਾ ਘੰਟਾ ਲੱਗਦਾ ਜੀ, ਅੱਧਾ ਪੌਣਾ ਘੰਟਾ। ਅਤੇ ਜੇ ਬਾਈਪਾਸ ਜਾਈਏ ਫਿਰ ਸਮ ਟਾਈਮ ਘੰਟਾ ਲੱਗ ਜਾਂਦਾ ਜੀ ਫਤਿਹਗੜ੍ਹ ਸਾਹਿਬ, ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਤੱਕ। ਲਓ ਜੀ ਆਪਾਂ ਪਹੁੰਚ ਗਏ ਹਾਂ ਦੀਵਾਨ ਟੋਡਰਮੱਲ ਯਾਦਗਾਰੀ ਗੇਟ। ਬੜਾ ਵਧੀਆ ਗੇਟ ਬਣਿਆ ਹੋਇਆ ਜੀ, ਵਾਈਟ ਕਲਰ ਦਾ। ਅਤੇ ਹੁਣ ਆਪਾਂ ਇਸ ਟਾਈਮ ਸਰਹੰਦ ਆ ਜੀ, ਅਤੇ ਇੱਥੋਂ ਤਕਰੀਬਨ ਕਿੰਨੇ ਕਿਲੋਮੀਟਰ ਹੈ ਜੀ ਫਤਿਹਗੜ੍ਹ ਸਾਹਿਬ? ਪੰਜ ਸਰਹੰਦ ਤੋਂ 5 ਕਿਲੋਮੀਟਰ ਹੈ ਜੀ ਫਤਿਹਗੜ੍ਹ ਸਾਹਿਬ। ਵੈਸੇ ਸਾਡਾ ਤਾਂ ਨੇੜੇ ਦਾ ਇਲਾਕਾ ਆਉਂਦੇ ਰਹਿੰਦੇ ਹਾਂ ਜੀ, ਮਤਲਬ ਜੇ ਕਿਸੇ ਵੀਰ ਭਰਾ ਨੇ ਜਿਹੜੇ ਵਲੋਗ ਦੇਖ ਰਹੇ ਦੂਰ ਹੋ ਗਏ ਹੁੰਦੇ ਹੁਣ, ਤਾਂ ਵੈਸੇ ਇਨਫੋਰਮੇਸ਼ਨ ਲਈ ਦੱਸ ਦਿੰਦੇ ਕਿ 5 ਕਿਲੋਮੀਟਰ ਪੈਂਦਾ ਜੀ ਇੱਥੋਂ, ਤਕਰੀਬਨ 5-7 ਮਿੰਟ ਦਾ ਰਸਤਾ ਜੀ। ਇਹ ਆ ਜੀ ਸਰਹੰਦ ਸ਼ਹਿਰ, ਅਤੇ ਸਰਹੰਦ ਸ਼ਹਿਰ ਦਾ ਵਿਊ ਦੇਖ ਲਓ ਜੀ ਤੁਸੀਂ ਸਾਰਾ। ਦੇਖੋ ਜੀ ਸਿੱਧਾ ਹੀ ਰਸਤਾ ਜਾਂਦਾ ਜੀ ਫਤਿਹਗੜ੍ਹ ਸਾਹਿਬ ਨੂੰ, ਬਸ ਇੱਕ ਹੀ ਮੋੜ ਆਉਂਦਾ ਹੈ ਮੇਨ, ਉਸ ਤੋਂ ਬਾਅਦ ਫਿਰ ਫਤਿਹਗੜ੍ਹ ਸਾਹਿਬ ਸ਼ੁਰੂ ਹੋ ਜਾਂਦਾ ਜੀ। ਲਓ ਜੀ ਆਪਾਂ ਪਹੁੰਚ ਗਏ ਹਾਂ ਫਤਿਹਗੜ੍ਹ ਸਾਹਿਬ, ਅਤੇ ਕਰੋ ਜੀ ਦਰਸ਼ਨ ਇੱਧਰ ਮੇਨ ਗੁਰਦੁਆਰਾ ਸਾਹਿਬ ਵੱਲ ਜਾਂਦੇ ਹੋਏ, ਰਸਤੇ ਗੁਰਦੁਆਰਾ ਸਾਹਿਬ ਹੁੰਦੇ ਨੇ। ਅਤੇ ਉਸ ਤੋਂ ਅੱਗੇ ਫਿਰ ਸਾਹਮਣੇ ਦੇਖੋ ਜੀ, ਉਹ ਬਿਲਕੁਲ ਜਿੱਥੇ ਮੋਟਰਸਾਈਕਲ ਜਾਂਦਾ ਉਹਦੇ ਕੋਲ ਗੁਰਦੁਆਰਾ ਸਾਹਿਬ, ਅਤੇ ਇਤਿਹਾਸ ਬਾਕੀ ਆਪਣੇ ਸਾਰਿਆਂ ਨੂੰ ਪਤਾ ਹੀ ਹੈ ਜੀ ਇੱਥੋਂ ਦਾ ਗੁਰਦੁਆਰਾ ਸਾਹਿਬ ਜੀ ਦਾ। ਬਸ ਇਹ ਤਕਰੀਬਨ ਇੱਥੇ ਲਾਸਟ ਹੈ ਜੀ, ਇਹ ਮੈਨੂੰ ਲੱਗਦਾ ਵੀ ਪੰਜਾਬ ਦੇ ਛੋਟੇ ਜ਼ਿਲ੍ਹੇ 'ਚ ਇੱਕ ਹੈ। ਅਤੇ ਸਾਹਮਣੇ ਗੁਰਦੁਆਰਾ ਸਾਹਿਬ 'ਤੇ ਕਰੋ ਜੀ ਦਰਸ਼ਨ, ਬਾਕੀ ਅੰਦਰ ਵੀ ਨਾਲ ਲੈ ਕੇ ਜਾਂਦੇ ਹਾਂ ਤੁਹਾਨੂੰ ਜੀ। ਮੇਨ ਗੁਰਦੁਆਰਾ ਸਾਹਿਬ ਕੋਲ ਆਪਾਂ ਪਹੁੰਚ ਗਏ ਜੀ। ਦੇਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਡੀ ਕਰਦੇ ਹਾਂ ਪਾਰਕ, ਫਿਰ ਅੰਦਰ ਵੱਲ ਚੱਲਦੇ ਹਾਂ ਜੀ, ਦਰਬਾਰ 'ਚ ਜਾਂਦੇ ਹਾਂ ਮੱਥਾ ਟੇਕਦੇ ਹਾਂ ਜੀ। ਪਾਰਕਿੰਗ ਨਾਲ ਹੀ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਜਾ ਕੇ ਸੱਜੇ ਹੱਥ ਲੱਭਦੇ ਆਪਾਂ ਗੱਡੀ ਪਾਰਕਿੰਗ ਦੇ ਵਿੱਚ। ਅੱਜ ਭੀੜ ਤਾਂ ਨਹੀਂ ਹੋ ਗਈ ਛੁੱਟੀ ਕਰਕੇ ਹੈ? ਨਹੀਂ ਹਾਂਜੀ, ਆਪਾਂ ਪਾਰਕਿੰਗ ਵਾਲੇ ਪਾਸੇ ਗੱਡੀ ਲਾ ਕੇ ਪਾਰਕਿੰਗ 'ਚ, ਅਤੇ ਹੁਣ ਗੁਰਦੁਆਰਾ ਸਾਹਿਬ ਐਂਟਰ ਹੋਣ ਲੱਗਿਆ ਜੀ। ਇੱਧਰਲੇ ਪਾਸਿਓਂ ਦੇਖੋ ਜੀ, ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਾਹਰੋਂ। ਇੱਧਰੋਂ ਮੇਨ ਐਂਟਰੀ ਜੀ ਗੁਰਦੁਆਰਾ ਸਾਹਿਬ ਦੀ, ਜੇ ਆਪਾਂ ਮਤਲਬ ਉੱਧਰੋਂ ਤੁਰ ਕੇ ਆਉਂਦੇ ਹਾਂ ਤਾਂ ਇੱਧਰਲੇ ਪਾਸਿਓਂ ਐਂਟਰੀ ਜੀ। ਅਤੇ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ, ਸਾਹਮਣੇ ਜੋੜਾ ਘਰ ਜੀ, ਇੱਧਰ ਗੁਰਦੁਆਰਾ ਸਾਹਿਬ ਜੀ ਸਾਹਮਣੇ। ਕੀਰਤਨ ਚੱਲਦਾ ਪਿਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ। ਗੱਠੜੀ ਘਰ ਅਤੇ ਜੋੜਾ ਘਰ ਜਿਹੜਾ ਇੱਧਰ ਕਰਤਾ ਜੀ ਇਹਨਾਂ ਨੇ, ਪਹਿਲਾਂ ਇੱਧਰਲੇ ਪਾਸੇ ਸੀਗੇ ਐਂਟਰੀ ਦੇ ਸੱਜੇ ਹੱਥ ਜਦੋਂ ਐਂਟਰ ਹੋਈਦਾ ਸੀ, ਅਤੇ ਹੁਣ ਇੱਧਰਲੇ ਪਾਸੇ ਸ਼ਿਫਟ ਕਰਤੀ ਹੈ ਜੀ ਉਹ ਬਿਲਡਿੰਗ ਜਿੱਥੇ ਆਪਾਂ ਜੋੜੇ ਵਗੈਰਾ ਜਮ੍ਹਾਂ ਕਰਵਾ ਕਰਾਈਦੇ ਨੇ, ਅਤੇ ਗੱਠੜੀਆਂ ਅਤੇ ਕੜਾਹ ਪ੍ਰਸ਼ਾਦ ਵੀ ਇੱਧਰਲੀ ਸਾਈਡ ਤੋਂ ਮਿਲੂਗਾ ਜੀ। ਲਓ ਜੀ ਮੈਂ ਅੰਦਰ ਦਰਬਾਰ ਸੈਂਟਰ ਹੋਣ ਲੱਗਾ ਗੁਰਦੁਆਰਾ ਸਾਹਿਬ, ਅਤੇ ਮੈਂ ਅੰਦਰ ਜਾ ਕੇ ਬੋਲਾਂਗਾ ਨਹੀਂ,
ਤੇ ਇਸੇ ਤਰ੍ਹਾਂ ਇਹ ਵੀਡੀਓ ਜ਼ਰੀਏ ਤੁਸੀਂ ਦਰਸ਼ਨ ਕਰ ਲਿਓ ਜੀ। ਦੇਖੋ ਸਾਹਮਣੇ ਦਰਬਾਰ ਹੈ ਜੀ। ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਠੰਡਾ ਬੁਰਜ ਬਣਿਆ ਹੋਇਆ ਜੀ, ਉੱਥੇ ਮੱਥਾ ਟੇਕਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਉਹਦੇ ਵੀ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ। ਆਪਾਂ ਠੰਡਾ ਬੁਰਜ ਦੇ ਵਿੱਚ ਮੱਥਾ ਟੇਕਣ ਚੱਲੇ ਹਾਂ। ਬਾਹਰੋਂ ਦੇਖੋ ਜੀ ਇਸ ਤਰ੍ਹਾਂ ਪੁਰਾਣੇ ਟਾਈਮ ਜਿਹੜੀਆਂ ਗੁੰਬਦ ਬਣਾਈ ਠੰਡੇ ਬੁਰਜ ਦਾ। ਮੌਸਮ ਬਦਲ ਜਿਹੜਾ ਹੈਗਾ ਜੀ ਦੇਖੋ, ਠੰਡੇ ਬੁਰਜ ਦੀ ਬੈਕ ਸਾਈਡ 'ਤੇ ਆ ਦੇਖੋ ਜੀ, ਇੱਕ ਆਪਾਂ ਉੱਪਰ ਖੜਕੇ ਦੇਖਦੇ ਹਾਂ ਜੀ, ਇੱਕ ਪਾਰਕ ਬਣੀ ਹੋਈ ਬਹੁਤ ਵਧੀਆ ਜੀ ਬੈਠਣ ਵਾਸਤੇ, ਬੜਾ ਵਧੀਆ ਦ੍ਰਿਸ਼ ਜੀ ਇੱਥੋਂ ਦਾ। ਰੇੜੀ ਹੈ ਜੀ ਇੱਥੋਂ ਰਸਤਾ ਜਾਂਦਾ ਮੈਨੂੰ ਲੱਗਦਾ, ਸਾਹਮਣੇ ਵਾਲਾ ਰਸਤਾ ਜੀ ਉੱਧਰ। ਠੰਡੇ ਬੁਰਜ ਤੋਂ ਆਉਂਦਿਆਂ ਸਾਰ ਖੱਬੇ ਹੱਥ ਜਦੋਂ ਆਪਾਂ ਵਾਪਸ ਆਈਦਾ ਜੀ ਮੱਥਾ ਟੇਕ ਕੇ ਉਤਰੀਦਾ, ਇੱਧਰ ਸਾਹਮਣੇ ਸਰੋਵਰ ਹੈ ਜੀ ਇਸ਼ਨਾਨ ਕਰਨ ਵਾਸਤੇ ਜੀ, ਅਤੇ ਉਦੋਂ ਬਾਅਦ ਫਿਰ ਰਸਤਾ ਇੱਧਰਲੇ ਪਾਸੇ ਸਾਹਮਣੇ ਜੀ ਸੱਜੇ ਹੱਥ ਜਿਹੜਾ ਲੰਗਰ ਹਾਲ ਵੱਲ ਨੂੰ ਜਾਂਦਾ ਜੀ ਰਸਤਾ, ਪਾਰਕਿੰਗ ਵੀ ਇੱਧਰ ਹੀ ਹੈ ਜੀ। ਦੇਖੋ ਜੀ ਗੁਰਦੁਆਰਾ ਸਾਹਿਬ ਇਹ ਹੈ ਜੀ, ਗੁਰਦੁਆਰਾ ਸਾਹਿਬ ਦਾ ਲੰਗਰ ਹਾਲ, ਬਾਹਰ ਦਾ ਵਿਊ ਹੈ ਜੀ, ਲੰਗਰ ਮਾਤਾ ਗੁਜਰ ਕੌਰ ਜੀ, ਕਾਫੀ ਵੱਡਾ ਜੀ ਲੰਗਰ ਹਾਲ। ਹਾਂਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਜੀ, ਤੇ ਅਸੀਂ ਆਪਣਾ ਅੱਜ ਦਾ ਵਲੌਗ ਜੀ, ਤੇ ਵੀਡੀਓ ਨੂੰ ਵਲੌਗ ਨੂੰ ਲਾਈਕ ਕਰਿਓ ਜੀ, ਸ਼ੇਅਰ ਕਰਿਓ, ਤੇ ਆਪਣੇ ਚੈਨਲ ਨਾਲ ਜੁੜੇ ਰਹੋ। ਵਲੌਗ ਬਣਾਉਂਦਿਆਂ ਕੋਈ ਵੀ ਗਲਤੀ ਹੋਈ ਹੋਵੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਮਾਫ਼ ਕਰਨਾ ਜੀ। ਧੰਨਵਾਦ ਜੀ ਆਪਣੇ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਜੀ।